ਸਤ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ ਮੈਂ ਹਾਂ ਸੰਜੀਵ ਯਸ਼ ਖੰਨਾ ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਨ ਦੇ ਵਿੱਚ ਖਬਰਾਂ ਦੇ ਇਸ ਬੁਲੇਟਨ ਦੇ ਸਪਾਂਸਰਸ ਨੇ ਰੀਮੈਕਸ ਦੇ ਰੀਅਲਟਰ ਗੁਰ ਜਤਿੰਦਰ ਸਿੰਘ ਰੰਦਾਵਾ ਤੁਸੀਂ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਲਈ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ ਰੀਮੈਕਸ ਰੀਅਲ ਅਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਮ ਫੋਨ ਨੰਬਰ ਨੋਟ ਕਰੋ 9163209444 ਹੁਣ ਪੇਸ਼ ਨੇ ਚੋਣਵੀਆਂ ਖਬਰਾਂ ਯੂਕੇ ਹਾਈ ਕਮਿਸ਼ਨਰ ਦਾ ਭਾਰਤੀਆਂ ਦੇ ਲਈ ਵੀਜ਼ਾ ਸੰਬੰਧੀ ਜ਼ਰੂਰੀ ਅਪਡੇਟ ਰਾਸ਼ਟਰਪਤੀ ਬਾਈਡਨ ਵੱਲੋਂ ਐਲਾਨੀ ਯੋਜਨਾ ਤਹਿਤ ਵਿਦਿਆਰਥੀ ਦੇ ਕਰਜ਼ਾ ਮੁਆਫੀ ਦੀ ਪ੍ਰਕਿਰਿਆ ਸ਼ੁਰੂ ਅਮਰੀਕਾ ਵਿੱਚ ਵੱਖ-ਵੱਖ ਆਉਧਿਆਂ ਲਈ 8 ਨਵੰਬਰ ਨੂੰ ਚੋਣਾਂ ਹੋ ਰਹੀਆਂ ਨੇ ਪੰਜਾਬੀ ਮੂਲ ਦੇ ਸੁਰਿੰਦਰਪਾਲ ਸਿੰਘ ਰਾਠੌਰ ਬਣੇ ਵਿਲੀਅਮ ਲੇਕ ਦੇ ਮੇਅਰ ਕੈਨੇਡਾ ਦੀ ਧਰਤੀ ਤੇ ਗੈਂਗਵਾਰ ਗੋਲੀਆਂ ਨਾਲ ਭੁੰਨਿਆ ਮੋਸਟ ਵਾਂਟਡ ਪੰਜਾਬੀ ਗੈਂਗਸਟਰ ਟੈਕਸਾਸ ਪਹਿਲੇ ਸਿੱਖ ਅਧਿਕਾਰੀ ਦੀ ਹੱਤਿਆ ਮਾਮਲੇ ਵਿੱਚ ਮੁਲਜ਼ਮ ਦੋਸ਼ੀ ਕਰਾਰ ਤੇ ਹੁਣ ਖਬਰਾਂ ਵਿਸਥਾਰ ਦੇ ਵਿੱਚ ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਐਲੈਕਸ ਐਲਿਸ ਨੇ ਕਿਹਾ ਕਿ ਬ੍ਰਿਟੇਨ ਆਪਣੇ ਸਟੈਂਡਰਡ 15 ਦਿਨਾਂ ਦੀ ਮਿਆਦ ਦੇ ਅੰਦਰ ਭਾਰਤੀ ਵੀਜ਼ਾ ਅਰਜ਼ੀਆਂ ਤੇ ਪ੍ਰਕਿਰਿਆ ਸੰਬੰਧੀ ਕਾਰਵਾਈ ਕਰਨ ਦੇ ਰਾਹ ਤੇ ਹੈ ਅਲਿਸ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਤੋਂ ਯੂਕੇ ਤੱਕ ਯਾਤਰਾ ਦੀ ਮੰਗ ਵਿੱਚ ਅਸਾਧਾਰਨ ਵਾਧਾ ਕੋਵਿਡ-19 ਦੇ ਪ੍ਰਭਾਵ ਅਤੇ ਯੂਕਰੇਨ ਤੇ ਰੂਸੀ ਹਮਲਾ ਇਸ ਦਾ ਮਤਲਬ ਹੈ ਕਿ ਸਾਡੀ ਵੀਜ਼ਾ ਪ੍ਰਕਿਰਿਆ ਖਤਮ ਹੋ ਗਈ ਹੈ ਹਾਈ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਹੁਣ ਟਰੈਕ ਤੇ ਵਾਪਸ ਆ ਰਹੇ ਨੇ ਅਤੇ ਵਿਦਿਆਰਥੀ ਵੀਜ਼ਿਆਂ ਦੀ ਮੰਗ ਵਿੱਚ ਹੋਏ ਭਾਰੀ ਵਾਧੇ ਨਾਲ ਨਜਿੱਟ ਰਹੇ ਨੇ ਜੋ ਪਿਛਲੇ ਸਾਲ ਨਾਲੋਂ 99% ਦੀ ਵਾਧਾ ਹੈ ہائی کمشنر نے کہہا "ਅਸੀਂ ਹੁਨਰਮੰਦ ਵਰਕਰ ਵੀਜ਼ਾ ਬਹੁਤ ਜਲਦੀ ਬੰਦ ਕਰ ਰਹੇ ਹਾਂ ਅਤੇ ਹੁਣ ਅਸੀਂ ਉਹਨਾਂ ਨੂੰ 15 ਦਿਨਾਂ ਦੇ ਅੰਦਰ ਵਾਪਸ ਲਿਆਉਣ ਲਈ ਵਿਜ਼ਟਰ ਵੀਜ਼ਿਆਂ 'ਤੇ ਧਿਆਨ ਕੇਂਦ੍ਰਿਤ ਕਰ ਰਹੇ ਹਾਂ। ਅਸੀਂ ਦਿੱਲੀ, ਯੂਕੇ ਅਤੇ ਦੁਨੀਆ ਭਰ ਵਿੱਚ ਆਪਣੀਆਂ ਟੀਮਾਂ ਲਈ ਸਮੂਹਿਕ ਯਤਨਾਂ ਰਾਹੀਂ ਅਜਿਹਾ ਕਰ ਰਹੇ ਹਾਂ ਅਤੇ ਮੈਨੂੰ ਇਹ ਕਹਿੰਦਿਆਂ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਹੁਣ ਟਰੈਕ 'ਤੇ ਹਾਂ।" ਉਹਨਾਂ ਲੋਕਾਂ ਨੂੰ ਜਲਦੀ ਅਪਲਾਈ ਕਰਨ ਦੀ ਅਪੀਲ ਕੀਤੀ ਜਿਵੇਂ ਕਿ 3 ਮਹੀਨੇ ਪਹਿਲਾਂ ਅਤੇ ਇਹ ਨਾ ਭੁੱਲੋ ਕਿ ਸਾਡਾ ਵੀਜ਼ਾ ਅਰਜ਼ੀ ਕੇਂਦਰਾਂ ਵਿੱਚ ਵੀ ਸਾਡੇ ਕੋਲ ਚੰਗੀ ਉਪਲਬਧਤਾ ਹੈ ਤੁਸੀਂ ਜਲਦੀ ਅਰਜ਼ੀ ਦੇ ਕੇ ਮਦਦ ਕਰ ਸਕਦੇ ਹੋ ਤੁਸੀਂ 3 ਮਹੀਨੇ ਪਹਿਲਾਂ ਅਪਲਾਈ ਕਰ ਸਕਦੇ ਹੋ ਰਾਸ਼ਟਰਪਤੀ ਜੋ ਬਾਈਡਨ ਦੁਆਰਾ ਵਿਦਿਆਰਥੀਆਂ ਦੀ ਯਕ ਮੁਸ਼ਤ ਕਰਜ਼ਾ ਮੁਆਫੀ ਦੇ ਐਲਾਨੇ ਪ੍ਰੋਗਰਾਮ ਤਹਿਤ ਕਰਜ਼ਾ ਮੁਆਫੀ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਵਿਦਿਆਰਥੀ ਇਸ ਯੋਜਨਾ ਦਾ ਲਾਭ ਲੈਣ ਲਈ ਆਨਲਾਈਨ ਫਾਰਮ ਭਰ ਸਕਦੇ ਨੇ ਇਸ ਯੋਜਨਾ ਦੀ ਸ਼ੁਰੂਆਤ ਉਪਰੰਤ ਵਿਦਿਆਰਥੀਆਂ ਨੇ ਪਾਰੀ ਦਿਲਚਸਪੀ ਲਈ ਤੇ ਹੁਣ ਤੱਕ 80 ਲੱਖ ਤਰਖਾਸਤਾਂ ਆਨਲਾਈਨ ਭਰੀਆਂ ਜਾ ਚੁੱਕੀਆਂ ਨੇ ਸੱਤ ਕੰਜ਼ਰਵੇਟਿਵ ਰਾਜ ਸਰਕਾਰਾਂ ਸਮੇਤ अनेका ਹੋਰ ਨਾਤੇ ਵਾਲੋਂ ਦਰਪੇਸ਼ ਕਾਨੂੰਨੀ ਚੁਣੌਤੀਆਂ ਦੇ ਬਾਵਜੂਦ ਸੰਗੀ ਸਰਕਾਰ ਨੂੰ ਵਿਸ਼ਵਾਸ ਹੈ ਕਿ ਉਹ ਵਿਦਿਆਰਥੀਆਂ ਦੀ ਕਰਜ਼ਾ ਮੁਆਫੀ ਦਾ ਆਪਣਾ ਵਾਅਦਾ ਪੂਰਾ ਕਰੇਗੀ। ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ 80 ਲੱਖ ਤਰਖਾਸਤਾਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਪ੍ਰਾਪਤ ਕਰ ਲਿਆ ਗਿਆ ਹੈ। ਉਹਨਾਂ ਕਿਹਾ ਕਿ ਸਾਡੀ ਯੋਜਨਾ ਆਰਥਿਕ ਜ਼ਿੰਮੇਵਾਰੀ ਵਾਲੀ ਹੈ। ਇਸ ਯੋਜਨਾ ਤਹਿਤ ਵਿਦਿਆਰਥੀ 10000 ਡਾਲਰ ਜਾਂ 20000 ਡਾਲਰ ਤੱਕ ਦੇ ਕਰਜ਼ਾ ਰਾਹਤ ਲੈਣ ਦੇ ਯੋਗ ਨੇ। ਇਹ ਕਰਜ਼ਾ ਮਾਫੀ ਵਿਦਿਆਰਥੀਆਂ ਦੀ ਆਮਦਨ ਉੱਪਰ ਨਿਰਭਰ ਕਰੇਗੀ। ਕਾਲਜਾਂ ਵੱਲੋਂ ਵਿਦਿਆਰਥੀਆਂ ਨੂੰ ਦਿੱਤੀ ਗਈ ਰਾਹਤ ਵੱਖਰੀ ਹੈ। ਉਸ ਦਾ ਕਰਜ਼ਾ ਮਾਫੀ ਯੋਜਨਾ ਨਾਲ ਕੋਈ ਸਰਵਕਾਰ ਨਹੀਂ ਹੈ। ਸਕਿਆ ਵਿਭਾਗ ਨੇ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਨੇ ਇਸ ਮਹੀਨੇ ਦਰਖਾਸਤਾਂ ਦਿੱਤੀਆਂ ਜਾਂ ਦੇਣਗੇ ਉਹਨਾਂ ਨੂੰ ਬਹੁਤ ਛੇਤੀ ਰਾਹਤ ਮਿਲੇਗੀ ਨਵੰਬਰ ਮਹੀਨੇ ਵਿੱਚ ਉਹਨਾਂ ਨੂੰ ਕਰਜ਼ਾ ਮੁਕਤ ਕਰ ਦਿੱਤਾ ਜਾਵੇਗਾ ਵਿਦਿਆਰਥੀਆਂ ਨੂੰ ਕਿਹਾ ਗਿਆ ਹੈ ਕਿ ਉਹ 15 ਨਵੰਬਰ ਤੱਕ ਦਰਖਾਸਤਾਂ ਦੇ ਦੇਣ ਦਰਖਾਸਤ ਦੇਣ ਲਈ ਵਿਦਿਆਰਥੀਆਂ ਨੂੰ ਆਪਣਾ ਸੋਸ਼ਲ ਸਿਕਿਉਰਿਟੀ ਨੰਬਰ ਤੇ ਜਨਮ ਤਾਰੀਖ ਦੱਸਣੀ ਪਵੇਗੀ ਸਵੈ ਪੁਸ਼ਟੀ ਕਰਨੀ ਪਵੇਗੀ ਕਿ ਉਹਨਾਂ ਦੀ ਸਾਲਾਨਾ ਆਮਦਨ 1,25,000 ਡਾਲਰ ਤੇ ਜੇਕਰ ਜੋੜਾ ਹੈ ਤਾਂ 2,50,000 ਡਾਲਰ ਤੋਂ ਘੱਟ ਹੈ ਦਰਖਾਸਤ ਕਰਤਾ ਨੂੰ ਆਪਣੀ ਆਮਦਨ ਦਾ ਸਬੂਤ ਦੇਣਾ ਪਵੇਗਾ ਜੋ ਲੋਕ ਝੂਠੀ ਜਾਣਕਾਰੀ ਦੇਣਗੇ ਜਾਂ ਤੋਖਾ ਦੇ ਕੇ ਰਾਹਤ ਲੈਣ ਦੀ ਕੋਸ਼ਿਸ਼ ਕਰਨਗੇ ਉਹਨਾਂ ਨੂੰ ਜੁਰਮਾਨਾ ਹੋ ਸਕਦਾ ਹੈ ਜਾਂ ਜੇਲ੍ਹ ਜਾਣਾ ਪੈ ਸਕਦਾ ਹੈ ਦਰਖਾਸਤਾਂ ਅੰਗਰੇਜ਼ੀ ਤੇ ਸਪੈਨਿਸ਼ ਭਾਸ਼ਾ ਵਿੱਚ ਆਨਲਾਈਨ ਉਪਲਬਧ ਨਹੀਂ ਅਮਰੀਕਾ ਵਿੱਚ ਵਕ ਵਕ ਚੋਣਾਂ ਲਈ 8 ਨਵੰਬਰ ਨੂੰ ਚੋਣਾਂ ਹੋ ਰਹੀਆਂ ਨੇ ਇਨ੍ਹਾਂ ਚੋਣਾਂ ਵਿੱਚ ਖੜੇ ਉਮੀਦਵਾਰ ਆਪਣੀ ਚੋਣ ਜਿੱਤਣ ਲਈ ਪੂਰੀ ਵਾਹ ਲਾ ਰਹੇ ਨੇ ਸਿੱਖ ਪਾਈਚਾਰੇ ਵੱਲੋਂ ਵੀ ਬਹੁਤ ਸਾਰੇ ਉਮੀਦਵਾਰਾਂ ਦੀ ਹਮਾਇਤ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਅਮਰੀਕਨ ਸਿੱਖ ਕੌਕਸ ਕਮੇਟੀ ਦੇ ਡਾਇਰੈਕਟਰ ਡਾਕਟਰ ਪ੍ਰਿਤਪਾਲ ਸਿੰਘ ਦੇ ਗ੍ਰਹਿ ਵਿਖੇ ਕੈਲੀਫੋਰਨੀਆ ਸਟੇਟ ਸੈਨੇਟ ਦੀ ਚੋਣ ਲੜ ਰਹੀ ਲਿਲੀ ਮੀ ਲਈ ਇੱਕ ਫੰਡ ਰੇਜ਼ਿੰਗ ਦਾ ਆਯੋਜਨ ਕੀਤਾ ਗਿਆ ਇਲਾਕੇ ਦੇ ਪਤਵੰਤੇ ਸੱਜਣਾ ਨੇ ਇਸ ਵਿੱਚ ਸ਼ਿਰਕਤ ਕੀਤੀ ਅਤੇ ਲਿਲੀ ਮੀ ਦੀ ਹਮਾਇਤ ਕਰਨ ਦਾ ਵਾਅਦਾ ਕੀਤਾ ਡਾਕਟਰ ਪ੍ਰਿਤਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਲਿਲੀ ਮੀ ਇਸ ਵੇਲੇ ਫਰਮਾਂਟ ਦੀ ਮੇਅਰ ਹੈ ਅਤੇ ਇਸਨੇ ਸਿੱਖਾਂ ਦੀ ਹਰ ਮੁਸ਼ਕਲ ਮੌਕੇ ਮਦਦ ਕੀਤੀ ਹੈ ਅਤੇ ਹੁਣ ਸਾਡਾ ਵੀ ਫਰਜ਼ ਬਣਦਾ ਹੈ ਕਿ ਲਿਲੀ ਮੀਨ ਨੂੰ ਸਟੇਟ ਸੈਨੇਟ ਵਿੱਚ ਭੇਜੀਏ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਇਹ ਸਿੱਖਾਂ ਦੀ ਆਵਾਜ਼ ਸਟੇਟ ਸੈਨੇਟ ਵਿੱਚ ਪਹੁੰਚਾ ਸਕੇ ਇਸ ਦੌਰਾਨ ਲਿਲੀ ਮੀਨ ਨੇ ਡਾਕਟਰ ਪਿਤਪਾਲ ਸਿੰਘ ਅਤੇ ਆਏ ਹੋਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਉਹ ਇਹ ਚੋਣਾਂ ਜਿੱਤ ਕੇ ਸੈਨੇਟ ਵਿੱਚ ਸਿੱਖ ਕੌਮ ਦੀ ਆਵਾਜ਼ ਬਣਨਗੇ ਬੀ ਸੀ ਸੀ ਦੇ ਟਾਊਨ ਵਿਲੀਅਮ ਲੇਕ ਤੋਂ ਪੰਜਾਬੀ ਮੂਲ ਦੇ सुरेंद्रਪਾਲ ਸਿੰਘ ਰਾਠੌਰ

ਉਨਾ ਇਸ ਜ਼ੋਨ ਵਿੱਚ ਪੋਲ ਹੋਈਆਂ ਕੁੱਲ 3197 ਵੋਟਾਂ ਵਿੱਚੋਂ 1091 ਵੋਟਾਂ ਹਾਸਲ ਕੀਤੀਆਂ ਅਤੇ ਆਪਣੇ ਵਿਰੋਧੀ ਇੱਕ ਸਾਬਕਾ ਤੇ ਇੱਕ ਮੌਜੂਦਾ ਮੇਅਰ ਨੂੰ maat ਦਿੱਤੀ। ਉਹ ਪਹਿਲੇ ਪੰਜਾਬੀ ਹਨ ਜਿਨ੍ਹਾਂ ਨੂੰ ਵਿਲੀਅਮ ਲੇਕ ਦੇ ਮੇਅਰ ਬਣਨ ਦਾ ਫਖਰ ਹਾਸਲ ਹੋਇਆ ਹੈ। ਪੰਜਾਬ ਦੀ ਤਹਿਸੀਲ ਫਗਵਾੜਾ ਦੇ ਪਿੰਡ ਖੁਰਮਪੂਰ ਵਿੱਚ ਪੈਦਾ ਹੋਏ ਸੁਰਿੰਦਰਪਾਲ ਸਿੰਘ ਰਾਠੌਰ 1974 ਵਿੱਚ ਕੈਨੇਡਾ ਆ ਗਏ ਸਨ ਅਤੇ ਆਪਣੀ ਪਤਨੀ ਚਰਨਜੀਤ ਕੌਰ ਤੇ ਬੱਚਾ ਸਮੇਤ ਵਿਲੀਅਮ ਲੇਕ ਟਾਊਨ ਵਿੱਚ ਹੀ ਰਹਿ ਰਹੇ ਨੇ। ਇੱਥੇ ਉਹਨਾਂ ਦਾ ਆਪਣਾ ਕਾਰੋਬਾਰ ਹੈ ਉਹ ਸਮਾਜ ਸੇਵੀ ਕਾਰਜਾਂ ਵਿੱਚ ਵੀ ਹਿੱਸਾ ਲੈਂਦੇ ਆ ਰਹੇ ਨੇ ਇਸ ਤੋਂ ਪਹਿਲਾਂ ਉਹ ਕਾਉਂਸਲਰ ਵੀ ਰਹਿ ਚੁੱਕੇ ਨੇ ਜਿੱਤ ਉਪरांत ਆਪਣੇ ਸਮਰਥਕਾਂ ਦਾ ਧੰਨਵਾਦ ਕਰਦੇ ਆ ਸੁਰਿੰਦਰਪਾਲ ਸਿੰਘ ਰਾਠੌਰ ਨੇ ਕਿਹਾ ਕਿ ਕੈਨੇਡਾ ਇੱਕ ਉਹ ਦੇਸ਼ ਹੈ ਜਿੱਥੇ ਹਰ ਇੱਕ ਨੂੰ ਆਪਣੇ ਸੁਪਨੇ ਪੂਰੇ ਕਰਨ ਦਾ ਮੌਕਾ ਨਸੀਬ ਹੁੰਦਾ ਹੈ ਕੈਨੇਡਾ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇੱਥੇ ਵੈਨਕੂਵਰ ਵਿੱਚ ਹੋਈ ਗੈਂਗ ਵਾਰ ਵਿੱਚ ਵਿਸ਼ਾਲ ਵਾਲਿਆ ਨਾਂ ਦਾ ਪੰਜਾਬੀ ਗੈਂਗਸਟਰ ਮਾਰਿਆ ਗਿਆ ਵਿਸ਼ਾਲ ਨੂੰ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਵਿਸ਼ਾਲ ਮੋਸਟ ਵਾਂਟਿਡ ਲਿਸਟ ਵਿੱਚ ਸ਼ਾਮਿਲ ਸੀ ਇਹ ਵੀ ਸਾਹਮਣੇ ਆਇਆ ਕਿ ਵਾਲਿਆ ਦੇ ਕਤਲ ਤੋਂ ਬਾਅਦ ਵਿਰੋਧੀ ਗੈਂਗਸਟਰ ਗਰੁੱਪ ਨੇ ਅਪਰਾਧ ਵਿੱਚ ਵਰਤੀ ਕਾਰ ਨੂੰ ਅੱਗ ਲਗਾ ਦਿੱਤੀ ਤੇ ਆਪ ਮੌਕੇ ਤੋਂ ਭੱਜ ਗਏ ਅਮਰੀਕੀ ਸ਼ਹਿਰ ਟੈਕਸਾਸ ਵਿੱਚ ਭਾਰਤੀ ਮੂਲ ਦੇ ਪਹਿਲੇ ਸਿੱਖ ਅਮਰੀਕੀ ਅਧਿਕਾਰੀ ਸੰਦੀਪ ਤਾਲੀਵਾਲ ਦੀ 2019 ਵਿੱਚ ਕੀਤੀ ਗਈ ਹੱਤਿਆ ਦੇ ਕੇਸ ਵਿੱਚ ਇੱਥੋਂ ਦੀ ਅਦਾਲਤ ਨੇ ਮੁਲਜ਼ਮ ਵਿਅਕਤੀ ਨੂੰ ਦੋਸ਼ੀ ਘਰਾੜ ਦਿੱਤਾ ਹੈ ਹਿਊਸਟਨ ਜੋ ਹੈਰਿਸ ਕਾਉਂਟੀ ਵਿੱਚ ਅਪਰਾਧਿਕ ਅਦਾਲਤ ਦੇ ਜੱਜ ਨੇ ਰੌਬਰਟ ਸੌਲਿਸ ਉਮਰ 50 ਸਾਲ ਨੂੰ ਤਾਲੀਵਾਲ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਘਰਾੜ ਦਿੱਤਾ ਹੈ ਤਾਲੀਵਾਲ ਉਮਰ 42 ਸਾਲ ਹੈਰਿਸ ਕਾਉਂਟੀ ਸ਼ਹਿਰਫ ਦੇ ਦਫ਼ਤਰ ਵਿੱਚ 10 ਸਾਲ ਤੋਂ ਸੇਵਾ ਨਿਭਾ ਰਿਹਾ ਸੀ 2015 ਵਿੱਚ ਵਰਦਿ ਨਾਲ ਪੱਕ ਬਨਣ ਦੀ ਇਜਾਜ਼ਤ ਮਿਲਣ ਕਾਰਨ ਉਹ ਚਰਚਾ ਵਿੱਚ ਆਇਆ ਸੀ 27 ਸਤੰਬਰ 2019 ਨੂੰ ਡਿਊਟੀ ਤੇ ਤਾਇਨਾਤ ਤਾਲੀਵਾਲਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜੱਜ ਵੱਲੋਂ ਬੀਤੇ ਦਿਨ ਫੈਸਲਾ ਸੁਣਾਏ ਜਾਣ ਸਮੇਂ ਤਾਲੀਵਾਲ ਦਾ ਪਰਿਵਾਰ ਵੀ ਅਦਾਲਤ ਵਿੱਚ ਹਾਜ਼ਰ ਸੀ ਜੱਜ ਨੇ ਫੈਸਲਾ ਸੁਣਾਉਣ ਵਿੱਚ 30 ਮਿੰਟ ਤੋਂ ਵੀ ਘੱਟ ਸਮਾਂ ਲਗਾਇਆ ਸੋਲਿਸ ਨੇ ਆਪਣੇ ਵਕੀਲ ਨੂੰ ਹਟਾ ਕੇ ਖੁਦ ਅਦਾਲਤ ਵਿੱਚ ਆਪਣਾ ਪੱਖ ਰੱਖਿਆ ਉਸਨੇ ਜੱਜ ਨੂੰ ਕਿਹਾ ਕਿਉਂਕਿ ਤੁਸੀਂ ਮੰਨਦੇ ਹੋ ਕਿ ਮੈਂ ਹਤਿਆ ਦਾ ਦੋਸ਼ੀ ਹਾਂ ਇਸ ਲਈ ਮੇਰਾ ਮੰਨਣਾ ਹੈ ਕਿ ਤੁਸੀਂ ਮੈਨੂੰ ਮੌਤ ਦੀ ਸਜ਼ਾ ਸੁਣਾਓਗੇ ਸੋਲਿਸ ਨੂੰ ਹਤਿਆ ਦਾ ਦੋਸ਼ੀ ਠਹਿਰਾਉਣ ਤੋਂ ਪਹਿਲਾਂ ਜਿਊਰੀ ਨੇ 25 ਮਿੰਟ ਤੱਕ ਇਸ ਤੇ ਵਿਚਾਰ ਚਰਚਾ ਕੀਤੀ ਸੋਲਿਸ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ 3 ਸਾਲ ਬਾਅਦ ਇਸ ਕੇਸ ਵਿੱਚ ਫੈਸਲਾ ਆਇਆ ਹੈ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੇ ਕਰੀਬ 3 ਮਹੀਨੇ ਮਗਰੋਂ ਪੰਜਾਬ ਖੇਤੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਸਤਵੀਰ ਸਿੰਘ ਗੌਸਲ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਨੇ ਉੱਗੇ ਖੋਜਾਰਥੀ ਡਾਕਟਰ ਗੌਸਲ ਦੀ ਨਿਯੁਕਤੀ 19 ਅਗਸਤ ਨੂੰ ਹੋਈ ਸੀ ਇਨਾ ਹਕਮਾਨਾਲ ਮੁਖ ਮੰਤਰੀ ਅਤੇ ਰਾਜਪਾਲ ਦਰਮਿਆਨ ਚੱਲ ਰਹੀ ਠੰਡੀ ਜੰਗ ਹੋਰ ਤੇਜ਼ ਹੋ ਗਈ ਹੈ ਇਸ ਤੋਂ ਪਹਿਲਾਂ ਰਾਜਪਾਲ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਦੇ ਨਵੇਂ ਉਪ ਕੁਲਪਤੀ ਡਾਕਟਰ ਗੁਰਪ੍ਰੀਤ ਸਿੰਘ ਵਾਂਦਰ ਦੀ ਫਾਈਲ ਵੀ ਵਾਪਸ ਮੋੜ ਚੁੱਕੇ ਨੇ ਪੰਜਾਬ ਖੇਤੀ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੀ 19 ਅਗਸਤ ਨੂੰ ਮੁਖ ਸਕੱਤਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਸੀ ਇਸ ਵਿੱਚ ਸਰਬਸੰਮਤੀ ਨਾਲ ਡਾਕਟਰ ਸਤਬੀਰ ਸਿੰਘ ਗੋਸਲ ਨੂੰ ਉਪ-ਕੁਲਪਤੀ ਲਾਉਣ ਦਾ ਫੈਸਲਾ ਹੋਇਆ ਸੀ। ਕਰੀਬ 3 ਮਹੀਨੇ ਮਗਰੋਂ ਰਾਜਪਾਲ ਨੇ ਇਸ ਨਿਯੁਕਤੀ ਨੂੰ ਰੱਦ ਕਰ ਦਿੱਤਾ। ਰਾਜਪਾਲ ਨੇ ਮੁੱਖ ਮੰਤਰੀ ਨੂੰ ਪੱਤਰ ਲਿਖਿਆ ਕਿ ਪੰਜਾਬ ਖੇਤੀ ਯੂਨੀਵਰਸਿਟੀ ਦੇ ਉਪਕੁਲਪਤੀ ਦੀ ਨਿਯੁਕਤੀ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ UGC ਦੇ ਨਿਯਮਾਂ ਦੀ ਉਲੰਘਣਾ ਕਰਕੇ ਅਤੇ ਉਨ੍ਹਾਂ ਦੀ ਪ੍ਰਵਾਨਗੀ ਤੋਂ ਬਿਨਾ ਕੀਤੀ ਗਈ ਹੈ ਰਾਜਪਾਲ ਨੇ ਇਸ ਨੂੰ ਗੈਰ ਕਾਨੂੰਨੀ ਕਦਮ ਦੱਸਿਆ ਜਿਸ ਬਾਰੇ ਕੋਈ ਵੀ ਦਲੀਲ ਸਵੀਕਾਰਯੋਗ ਨਹੀਂ ਹੈ ਰਾਜਪਾਲ ਨੇ ਮੁੱਖ ਮੰਤਰੀ ਨੂੰ ਕਿਹਾ ਕਿ ਗੈਰ ਕਾਨੂੰਨੀ ਤੌਰ ਤੇ ਨਿਯੁਕਤ ਕੀਤੇ ਉਪਕੁਲਪਤੀ ਨੂੰ ਬਿਨਾ ਕਿਸੇ ਦੇਰੀ ਤੋਂ ਤੁਰੰਤ ਹਟਾ ਕੇ ਅਹੁਦੇ ਦਾ ਚਾਰਜ ਨਵੀਂ ਨਿਯੁਕਤੀ ਹੋਣ ਤੱਕ ਖੇਤੀ ਵਿਭਾਗ ਦੇ ਪਰਬੰਧ ਕਿਸਕਰ ਨੂੰ ਸੌਂਪਿਆ ਜਾਵੇ ਰਾਜਪਾਲ ਨੇ ਕਿਹਾ ਕਿ ਉਹਨਾਂ ਦੀ ਸਲਾਹ ਨਾਲ ਨਵੇਂ ਉਪਕੁਲਪਤੀ ਦੀ ਨਿਯੁਕਤੀ ਦਾ ਅੰਮਲ ਸ਼ੁਰੂ ਕੀਤਾ ਜਾਵੇ ਉਹਨਾਂ ਮਸਲੇ ਨੂੰ ਸੰਜਗੀ ਦੀ ਨਾਲ ਲੈਣ ਦੀ ਸਲਾਹ ਵੀ ਦਿੱਤੀ ਰਾਜਪਾਲ ਦੀ ਚਿੱਠੀ ਨਾਲ ਹੁਣ ਆਪ ਤੇ ਭਾਜਪਾ ਦਰਮਿਆਨ ਟਕਰਾਅ ਵਧਣ ਦੀ ਸੰਭਾਵਨਾ ਬਣ ਗਈ ਹੈ ਰਾਜਪਾਲ ਨੇ ਪਹਿਲਾਂ 22 ਸਤੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਂ ਤੇ ਉਂਗਲ ਚੁੱਕੀ ਸੀ ਰਾਜਪਾਲ ਨੇ ਰਾਸ਼ਟਰਪਤੀ ਦੇ ਚੰਡੀਗੜ੍ਹ ਦੌਰੇ ਸਮੇਂ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਨੂੰ ਲੈ ਕੇ ਵੀ ਜਨਤਕ ਤੌਰ ਤੇ ਆਲੋਚਨਾ ਕੀਤੀ ਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਕਰੀਬ 13.5 ਮਹੀਨਿਆਂ ਮਗਰੋਂ ਰੈਗੂਲਰ ਵਾਈਸ ਚਾਂਸਲਰ ਮਿਲੇ ਆਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਆਉਦੇਦਾਰਾਂ ਅਤੇ ਕਾਰਜਕਾਰਨੀ ਕਮੇਟੀ ਦੀ ਚੋਣ ਸੰਬੰਧੀ ਸਾਲਾਨਾ ਜਨਰਲ ਇਜਲਾਸ 9 ਨਵੰਬਰ ਨੂੰ ਹੋਵੇਗਾ ਇਹ ਐਲਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਕੀਤਾ ਜਨਰਲ ਇਜਲਾਸ ਦੁਪਹਿਰ 1 ਵਜੇ ਸ਼੍ਰੋਮਣੀ ਕਮੇਟੀ ਦਫਤਰ ਸਥਿਤ ਤੇਜਾ ਸਿੰਘ ਸਮੁਦਰੀ ਹਾਲ ਵਿੱਚ ਹੋਵੇਗਾ ਜਿਸ ਵਿੱਚ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਜਨਰਲ ਸਕੱਤਰ ਅਤੇ 11 ਅੰਤ੍ਰਿਕ ਕਮੇਟੀ ਮੈਂਬਰ ਚੁਣੇ ਜਾਣਗੇ ਇੱਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਸੱਦੀ ਪ੍ਰੈਸ ਕਾਨਫਰੰਸ ਮੌਕੇ ਗੱਲਬਾਤ ਕਰਦੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਨ ਨੇ ਕਿਹਾ ਕਿ ਹਰ ਸਾਲ ਨਵੰਬਰ ਮਹੀਨੇ ਵਿੱਚ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਚੁਣੇ ਜਾਂਦੇ ਨੇ ਜਿਸ ਤਹਿਤ ਇਸ ਵਾਰ 9 ਨਵੰਬਰ ਨੂੰ اجلاس ਹੋਵੇਗਾ ਇਸ ਮੌਕੇ ਉਹਨਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਹੁੰਦਿਆਂ ਗੁਰਦੁਆਰਾ ਸਹਿਬਾਨ ਦੀ ਸੇਵਾ ਸੰਭਾਲ ਪੰਥਕ ਮਰਿਆਦਾ ਅਨੁਸਾਰ ਕਰਨ ਦੇ ਨਾਲ-ਨਾਲ ਕੌਮੀ ਮਸਲਿਆਂ ਦੀ ਪੈਰਵਾਈ ਲਈ ਵੀ ਹਮੇਸ਼ਾ ਯਤਨਸ਼ੀਲ ਰਹਿੰਦੀ ਹੈ ਅਤੇ ਇਸ ਤਹਿਤ ਆਪਣੇ ਫਰਜ਼ ਬਕੂਬੀ ਨਿਭਾ ਰਹੀ ਹੈ ਉਨਾ ਕਿਹਾ ਕਿ ਮੌਜੂਦਾ ਸਮੇਂ ਦਾ ਅਤ ਅਹਿਮ ਮਾਮਲਾ ਬੰਦੀ ਸਿੰਘਾਂ ਦੀ ਰਿਹਾਈ ਦਾ ਹੈ ਜਿਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਸੰਜੀਦਾ ਹੈ ਇਸ ਸਬੰਧ ਵਿੱਚ ਸੀਨੀਅਰ ਵਕੀਲਾਂ ਦੇ ਇੱਕ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਜੋ ਸਾਰੇ ਮਾਮਲੇ ਨੂੰ ਕਾਨੂੰਨੀ ਪੱਖ ਤੋਂ ਅੱਗੇ ਵਧਾਉਣ ਲਈ ਕਾਰਜ ਕਰੇਗੀ ਇਸ ਦੇ ਨਾਲ ਹੀ ਸਿੱਖ ਵਿਦਵਾਨਾਂ ਅਤੇ ਸੀਨੀਅਰ ਵਕੀਲਾਂ ਦੀ ਬੈਠਕ ਵੀ ਜਲਦ ਸੱਦੀ ਜਾਵੇਗੀ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਆਖਿਆ ਕਿ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਵਿਰੁੱਧ ਵੀ ਵਿਦਵਾਨਾਂ ਅਤੇ ਵਕੀਲਾਂ ਦੀ ਬੈਠਕ ਵਿੱਚ ਵਿਚਾਰ ਕੀਤਾ ਜਾਵੇਗਾ ਉਨਾ ਕਿ ਆ ਕੇ ਹਰਿਆਣਾ ਕਮੇਟੀ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਸੁਪਰੀਮ ਕੋਰਟ ਅੰਦਰ ਬੀਤੇ ਕੱਲ ਨਜ਼ਰਸਾਨੀ ਪਟੀਸ਼ਨ ਦਰਜ ਕਰ ਦਿੱਤੀ ਗਈ ਹੈ ਅਤੇ ਹਰਿਆਣਾ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਹਰਪਜਨ ਸਿੰਘ ਸਮਾਣਾ ਵੱਲੋਂ ਵੀ ਇੱਕ ਰਿਵਿਊ ਪਟੀਸ਼ਨ ਅੱਜ ਪਾਈ ਜਾਵੇਗੀ ਉਨ੍ਹਾਂ ਕਿਹਾ ਕਿ 27 ਅਕਤੂਬਰ ਨੂੰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਾਕਾ ਸ਼੍ਰੀ ਪੰਜਾ ਸਾਹਿਬ ਦੀ ਸ਼ਤਾਬਦੀ ਦੇ ਸਮਾਗਮ ਕੀਤੇ ਜਾ ਰਹੇ ਨੇ ਜਿਸ ਵਿੱਚ ਪੰਥਕ ਇਕੱਠ ਦੌਰਾਨ ਬੰਦੀ ਸਿੰਘਾਂ ਦੀ ਰਿਹਾਈ ਅਤੇ ਹਰਿਆਣਾ ਕਮੇਟੀ ਦਾ ਮਾਮਲਾ ਵੀ ਵਿਚਾਰਿਆ ਜਾਵੇਗਾ ਇਸ ਇਕੱਠ ਵਿੱਚ ਵੱਧ ਤੋਂ ਵੱਧ ਜਥੇਬੰਦੀਆਂ ਅਤੇ ਪੰਥਦਰਦੀ ਸ਼ਾਮਲ ਹੋਣ ਤਾਂ ਜੋ ਅਗਲੇ ਪ੍ਰੋਗਰਾਮ ਐਲਾਨੇ ਜਾ ਸਕਣ ਪੰਜਾਬ ਦੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਗ੍ਰਿਫਤਾਰ ਕਰਨ ਵਾਲੇ ਵਿਜੀਲੈਂਸ ਦੇ ਏ ਆਈ ਜੀ ਮਨਮੋਹਨ ਕੁਮਾਰ ਵੱਲੋਂ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਗਈ ਇਹ ਮੁਲਾਕਾਤ ਮੁੱਖ ਮੰਤਰੀ ਦੀ ਚੰਡੀਗੜ੍ਹ ਸਥਿਤ ਰਹਾਇਸ਼ ਵਿਖੇ ਹੋਈ AIG ਦੇ ਨਾਲ ਵਿਜੀਲੈਂਸ ਦੇ ਮੁਖੀ ਪਰਿੰਦਰ ਕੁਮਾਰ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਮੁਲਾਕਾਤ ਤੋਂ ਬਾਅਦ AIG ਮਨਮੋਹਨ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਵਿਜੀਲੈਂਸ ਬਿਊਰੋ ਨੂੰ ਪੂਰੀ ਆਜ਼ਾਦੀ ਦਿੱਤੀ ਹੈ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਤੁਹਾਡੇ ਵਰਗੇ ਇਮਾਨਦਾਰ ਅਧਿਕਾਰੀਆਂ ਦੀ ਲੋੜ ਹੈ ਦੱਸਣਯੋਗ ਹੈ ਕਿ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਤੇ AIG ਮਨਮੋਹਨ ਕੁਮਾਰ ਨੂੰ 1 ਕਰੋੜ ਰੁਪਏ ਦੀ ਰਿਸ਼ਵਤ ਦੇਣ ਦਾ ਦੋਸ਼ ਹੈ ਜਿਸ ਨੂੰ AIG ਨੇ ਠੁਕਰਾ ਦਿੱਤਾ ਸੀ ਇਸ ਸਮੇਂ ਸੁੰਦਰ ਸ਼ਾਮ ਅਰੋੜਾ ਵਿਜੀਲੈਂਸ ਦੀ ਗ੍ਰਿਫਤ ਵਿੱਚ ਨੇ ਪੰਜਾਬ ਵਿਜੀਲੈਂਸ ਬਿਊਰੋ ਦੇ AIG ਮਨਮੋਹਨ ਕੁਮਾਰ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਮਾਮਲੇ ਵਿੱਚ ਵਿਜੀਲੈਂਸ ਹਾਲੇ ਵੀ ਅੱਗੇ ਨਹੀਂ ਵਧੀ ਵਿਜੀਲੈਂਸ ਲਈ ਇਹ ਪੁਜਾਰਤ ਬਣੀ ਹੋਈ ਹੈ ਕਿ ਸੁੰਦਰ ਸ਼ਾਮ ਅਰੋੜਾ ਤੋਂ ਮਿਲੇ 50 ਲੱਖ ਰੁਪਏ ਦਾ ਸਰੋਤ ਕੀ ਹੈ ਕਿਉਂਕਿ ਜਿਸ ਬਿਲਡਰ ਦੀ ਗੱਡੀ ਵਿੱਚ ਸੁੰਦਰ ਸ਼ਾਮ ਅਰੋੜਾ ਰਿਸ਼ਵਤ ਦੇਣ ਲਈ ਜ਼ੀਰਕਪੁਰ ਪਹੁੰਚੇ ਸਨ ਵਿਜੀਲੈਂਸ ਵੱਲੋਂ ਬੁਲਾਏ ਜਾਣ ਦੇ ਬਾਵਜੂਦ ਉਹ ਨਹੀਂ ਆਏ ਹੁਣ ਵਿਜੀਲੈਂਸ ਬਿਊਰੋ ਨੇ ਉਕਤ ਬਿਲਡਰ ਨੂੰ ਵੀਰਵਾਰ ਨੂੰ ਪੇਸ਼ ਹੋਣ ਦਾ ਨੋਟਿਸ ਦਿੱਤਾ ਹੈ ਦੂਜੇ ਪਾਸੇ ਸੁੰਦਰ ਸ਼ਾਮ ਅਰੋੜਾ ਲਗਾਤਾਰ ਇਸ ਗੱਲ ਤੇ ਅੜੇ ਹੋਏ ਨੇ ਕਿ 50 ਲੱਖ ਰੁਪਏ ਉਸ ਦੀ ਆਪਣੀ ਮਿਹਨਤ ਦੀ ਕਮਾਈ ਦਾ ਹਿੱਸਾ ਨੇ ਜੋ ਉਹਨਾਂ ਨੇ ਆਪਣੇ ਨਵੇਂ ਮਕਾਨ ਦੀ ਉਸਾਰੀ ਲਈ ਰੱਖੇ ਸਨ ਇਹ ਵੀ ਪਤਾ ਲੱਗਾ ਕਿ ਵਿਜੀਲੈਂਸ ਦੀ ਟੀਮ ਨੇ ਮੰਗਲਵਾਰ ਨੂੰ ਸੁੰਦਰ ਸ਼ਾਮ ਅਰੋੜਾ ਦੇ ਹੁਸ਼ਿਆਰਪੁਰ ਸਥਿਤ ਘਰ ਦੀ ਮੁੜ ਤਲਾਸ਼ੀ ਲਈ ਹੈ ਅਤੇ ਵਿਜੀਲੈਂਸ ਬਿਊਰੋ ਦੀ ਟੀਮ ਵੱਲੋਂ ਕੈਸ਼ ਕਾਊਂਟਿੰਗ ਮਸ਼ੀਨ ਨੂੰ ਬਿਊਰੋ ਹੈੱਡਕ quarters ਲਿਆਂਦਾ ਗਿਆ ਹੈ ਵਿਜੀਲੈਂਸ ਦੇ ਸੂਤਰਾਂ ਅਨੁਸਾਰ ਟ੍ਰਾਈ ਸਿਟੀ ਦੇ ਵੱਡੇ ਬਿਲਡਰ ਨੂੰ ਸੁੰਦਰ ਸ਼ਾਮ अरोड़ा ਦੀ ਗ੍ਰਿਫਤਾਰੀ ਸਬੰਧੀ ਕੁਝ ਸਵਾਲਾਂ ਦੇ ਜਵਾਬ ਦੇਣ ਲਈ ਬੁਲਾਇਆ ਗਿਆ ਸੀ ਇਹ ਬੁਲਾਵਾ ਜ਼ੁਬਾਨੀ ਤੌਰ ਤੇ ਸੀ ਪਰ ਉਕਤ ਰੀਅਲ ਏਸਟੇਟ ਕਾਰੋਬਾਰੀ ਵਿਜੀਲੈਂਸ ਬਿਊਰੋ ਦੇ ਮੁਖ ਦਫ਼ਤਰ ਨਹੀਂ ਪਹੁੰਚਿਆ ਸੂਤਰਾਂ ਦਾ ਕਹਿਣਾ ਹੈ ਕਿ ਅੱਜ ਉਕਤ ਰੀਅਲ ਏਸਟੇਟ ਕਾਰੋਬਾਰੀ ਨੂੰ ਵਿਜੀਲੈਂਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਗੰਭੀਰਤਾ ਨੂੰ ਸਮਝਦਿਆਂ ਵੀਰਵਾਰ ਨੂੰ ਵਿਜੀਲੈਂਸ ਟੀਮ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ ਫਲੋਰ ਵਿਖੇ ਨਸ਼ਾ ਤਸਕਰ ਨੂੰ ਫੜਨ ਲਈ ਪੁਲਿਸ ਪਾਰਟੀ ਤੇ ਤਸਕਰ ਨੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਗੋਲੀ ਲੱਗਣ ਨਾਲ ਹੌਲਦਾਰ ਮਨਦੀਪ ਜ਼ਖਮੀ ਹੋ ਗਿਆ ਜ਼ਖਮੀ ਹੋਣ ਦੇ ਬਾਵਜੂਦ ਵੀ ਹੌਲਦਾਰ ਨੇ ਪੂਰੀ ਬਹਾਦਰੀ ਵਿਖਾਈ ਅਤੇ ਤਸਕਰ ਨੂੰ ਧਰ ਦਬੋਚਿਆ ਤਸਕਰ ਕੋਲੋਂ ਪੁਲਿਸ ਨੂੰ ਇੱਕ ਪਿਸਤਲ ਅਤੇ ਇੱਕ ਵੱਡੀ ਮਾਤਰਾ ਵਿੱਚ ਨਸ਼ੀਲੇ ਪਾਊਡਰ ਬਰਾਮਦ ਹੋਏ ਨੇ ਜਾਣਕਾਰੀ ਦਿੰਦੇ ਹੋਏ ਥਾਣਾ ਇੰਚਾਰਜ ਇੰਸਪੈਕਟਰ सुरेंद्र ਕੁਮਾਰ ਨੇ ਦੱਸਿਆ ਕਿ ਉਹਨਾਂ ਦੇ ਪੁਲਿਸ ਪਾਰਟੀ ਨੂੰ ਪਤਾ ਲੱਗਾ ਸੀ ਕਿ ਪਿੰਡ ਪੰਜ ਟੇਰਾਦਾ ਰਹਿਣ ਵਾਲਾ ਤਸਕਰ ਗੁਰਦੀਪ ਵੱਡੀ ਮਾਤਰਾ ਵਿੱਚ ਨਸ਼ਰ ਲਿਖੀ ਐ ਪਿਲਾਉਣ ਦਾ ਕਰ ਰਿਹਾ ਹੈ ਗੁਰਦੀਪ ਦੀ ਪਤਨੀ ਨੀਤੀ ਨੂੰ ਪੁਲਿਸ ਨੇ ਪਹਿਲਾਂ ਹੀ ਪੁਲਿਸ ਅਕੈਡਮੀ ਦੇ ਮੁਲਾਜ਼ਮਾਂ ਨੂੰ ਨਸ਼ੀਲਾ ਪਾਊਡਰ ਵੇਚਣ ਦੇ ਜੁਰਮ ਵਿੱਚ ਗ੍ਰਿਫਤਾਰ ਕੀਤਾ ਹੋਇਆ ਸੀ ਬੀਤੇ ਦਿਨ ਥਾਣਾ ਮੁਖੀ सुरेंद्र ਕੁਮਾਰ ਨੇ ਜਿਵੇਂ ਹੀ ਤਸਕਰ ਗੁਰਦੀਪ ਨੂੰ ਗ੍ਰਿਫਤਾਰ ਕੀਤਾ ਤਾਂ ਉਸ ਨੇ ਦੱਸਿਆ ਕਿ ਨਸ਼ੇ ਦੀ ਖੇਪ ਉਸ ਦੇ ਸਾਥੀ ਗगनਦੀਪ ਜੋ ਕਿ ਮੋਗਾ ਦੇ ਕੋਲ ਲੁੱਕ ਕੇ ਬੈਠਾ ਹੋਇਆ ਉਸ ਦੇ ਕੋਲ ਹੈ ਜਿਸ ਤੇ ਥਾਣਾ ਮੁਖੀ सुरेंद्र ਕੁਮਾਰ ਆਪਣੀ ਪੁਲਿਸ ਪਾਰਟੀ ਨਾਲ ਤਸਕਰ ਗगनਦੀਪ ਨੂੰ ਫੜਨ ਲਈ ਮੋਗਾ ਪੁੱਜੇ ਤਸਕਰ ਗਗਨਦੀਪ ਨੇ ਪੁਲਿਸ ਪਾਰਟੀ ਵੱਲੋਂ ਘੇਰਾਬੰਦੀ ਹੁੰਦੀ ਵੇਖ ਕੇ ਉਹਨਾਂ ਉੱਪਰ ਗੋਲੀ ਚੜਾਨੀ ਸ਼ੁਰੂ ਕਰ ਦਿੱਤੀ ਇੱਕ ਗੋਲੀ ਉਹਨਾਂ ਦੇ ਸਾਥੀ ਹੌਲਦਾਰ ਮਨਦੀਪ ਸਿੰਘ ਦੇ ਲੱਗੀ ਹੌਲਦਾਰ ਦੇ ਜ਼ਖਮੀ ਹੋਣ ਦੇ ਬਾਵਜੂਦ ਬਹਾਦਰੀ ਵਿਖਾਉਂਦੇ ਹੋਏ ਤਸਕਰ ਨੂੰ ਫੜ ਲਿਆ ਜਿਸ ਕੋਲੋਂ ਪੁਲਿਸ ਨੂੰ ਇੱਕ ਰਿਵਾਲਵਰ ਅਤੇ ਅੱਧਾ ਕਿਲੋ ਹੈਰੋਇਨ ਬਰਾਮਦ ਹੋਈ ਪੁਲਿਸ ਦੋਹਾਂ ਨੂੰ ਫੜ ਕੇ ਥਾਣੇ ਲੈ ਆਈ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜ਼ਖਮੀ ਹੌਲਦਾਰ ਅਮਨਦੀਪ ਸਿੰਘ ਨੂੰ ਇਲਾਜ ਲਈ ਹਸਪਤਾਲ ਚੰਦਰ ਵਿਕੇ داخل کروایا ਗਿਆ پاکستان ਦੇ ਸਿੰਧ ਸੂਬੇ ਤੋਂ ਆਏ ਹਿੰਦੂਆਂ ਦੇ ਦੋ ਜਥਿਆਂ ਵਿੱਚ ਸ਼ਾਮਲ 93 ਲੋਕ ਹੁਣ ਵਾਪਸ ਨਹੀਂ ਜਾਣਾ ਚਾਹੁੰਦੇ ਇਹਨਾਂ ਲੋਕਾਂ ਨੇ ਭਾਰਤ ਵਿੱਚ ਵਸਣ ਦੀ ਇੱਛਾ ਪ੍ਰਗਟ ਕੀਤੀ ਹੈ ਅਤੇ ਕਿਹਾ ਕਿ ਉਹ ਵਾਪਸ ਨਹੀਂ ਜਾਣਾ ਚਾਹੁੰਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਉੱਤਰ ਪੱਛਮੀ ਰੇਲਵੇ ਐਨ ਡਬਲਯੂ ਆਰ ਦੇ ਅਧਿਕਾਰੀ ਅਤੇ ਸੂਬੇ ਦੀਆਂ ਖੁਫੀਆ ਏਜੰਸੀਆਂ ਇਨ੍ਹਾਂ ਜਥਿਆਂ ਵਿੱਚ ਆਏ ਲੋਕਾਂ ਦੇ ਟਿਕਾਣਿਆਂ ਦਾ ਪਤਾ ਲਾਉਣ ਦੀ ਹਰਕਤ ਵਿੱਚ ਆਈਆਂ ਹੋਈਆਂ ਨੇ ਜੋ ਹੁਣ ਜੋਧਪੁਰ ਦੇ ਬਾਹਰੀ ਇਲਾਕੇ ਡਾਲੀਬਾਈ ਚੌਰਾ ਨੇੜੇ ਪਹਿਲਾਂ ਤੋਂ ਹੀ ਬੇਕਰ ਲੋਕਾਂ ਵੱਲੋਂ ਨਜਾਇਜ਼ ਕਬਜ਼ਾ ਕੀਤੀ ਗਈ ਇੱਕ ਝੁੱਗੀ ਇਲਾਕੇ ਵਿੱਚ ਵਸਣ ਦੀ ਕੋਸ਼ਿਸ਼ ਕਰ ਰਹੇ ਨੇ 50 ਹਿੰਦੂਆਂ ਦਾ ਪਹਿਲਾ ਜਥਾ 12 ਅਕਤੂਬਰ ਨੂੰ ਹਰਿਦਵਾਰ ਤੋਂ ਟ੍ਰੇਨ ਰਾਹਿੰ ਜੋਧਪੁਰ ਆਇਆ ਸੀ ਜਦੋਂ ਕਿ ਬੱਚਾ ਸਮੇਤ 43 ਲੋਕਾਂ ਦਾ ਦੂਜਾ ਦੱਥਾ 14 ਅਕਤੂਬਰ ਨੂੰ ਜੋਧਪੁਰ ਰੇਲਵੇ ਸਟੇਸ਼ਨ ਤੇ ਪਹੁੰਚਿਆ ਸੀ ਇਹਨਾਂ ਲੋਕਾਂ ਨੇ ਭਾਰਤ ਪਹੁੰਚ ਕੇ ਪਾਕਿਸਤਾਨ ਵਿੱਚ ਅਚਾਨਕ ਆਏ ਹੜ ਤੋਂ ਬਾਅਦ ਰਾਹਤ ਕਾਰਜਾਂ ਵਿੱਚ ਪਰੇਸ਼ਾਨੀ ਅਤੇ ਵਿਕਰੇ ਦਾ ਦੋਸ਼ ਲਾਇਆ ਹੈ ਇਹ ਲੋਕ ਪੀਲ ਪਾਈਚਾਰੇ ਦੇ ਨੇ ਅਤੇ ਸਿੰਧ ਦੇ ਟਾਂਡੋ ਅਲਾਯਾਰ ਜ਼ਿਲ੍ਹੇ ਤੋਂ ਆਏ ਨੇ ਪਰਵਾਸੀ ਵੀਜ਼ੇ ਦੀ ਜੀਆਰਪੀ ਜੋਧਪੁਰ ਅਤੇ ਖੁਫੀਆ ਮਹਿਕਮੇ ਦੇ ਅਧਿਕਾਰੀ ਇਹ ਪਤਾ ਲਗਾਉਣ ਦੀ ਵੀ ਜਾਂਚ ਕਰ ਰਹੇ ਨੇ ਕਿ ਕੀ ਇਹ ਤੀਰਥ ਯਾਤਰਾ ਵੀਜ਼ੇ ਹਨ ਜਾਂ ਸਹਿਰ ਸਪਾਟਾ ਵੀਜ਼ੇ ਕਿ ਇਹ ਕਾਨੂੰਨੀ ਪਰਵਾਸੀਆਂ ਦੀ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਨੇ ਭਾਰਤੀ ਜਨਤਾ ਪਾਰਟੀ ਭਾਜਪਾ ਨੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ 68 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ ਹੈ ਮੁੱਖ ਮੰਤਰੀ ਜੈਰਾਮ ਠਾਕੁਰ ਆਪਣੇ ਵਿਧਾਨ ਸਭਾ ਖੇਤਰ ਸਿਰਾਜ ਤੋਂ ਚੋਣ ਲੜਨਗੇ ਸਾਬਕਾ ਮੁੱਖ ਮੰਤਰੀ ਸੁਖਰਾਮ ਦੇ ਪੁੱਤਰ ਅਨਿਲ ਸ਼ਰਮਾ ਮੰਡੀ ਤੋਂ ਭਾਜਪਾ ਦੇ ਉਮੀਦਵਾਰ ਹੋਣਗੇ ਭਾਟ ਉਮੀਦਵਾਰਾਂ ਦੀ ਇਸ ਸੂਚੀ ਵਿੱਚ ਪੰਜ ਔਰਤਾਂ ਵੀ ਸ਼ਾਮਿਲ ਨੇ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਸੋਮਵਾਰ ਨੂੰ ਹੋਈ ਬੈਠਕ ਵਿੱਚ ਸੂਚੀ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ਇਸ ਵਿੱਚ ਕੁਝ ਮੌਜੂਦਾ ਵਿਧਾਇਕਾਂ ਦਾ ਟਿਕਟ ਕੱਟਿਆ ਵੀ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਈ ਸੀਨੀਅਰ ਨੇਤਾ ਕੇਂਦਰੀ ਚੋਣ ਕਮੇਟੀ ਦੇ ਮੈਂਬਰ ਹਨ ਰਾਜ ਦੀਆਂ 88 ਵਿਧਾਨ ਸਭਾ ਸੀਟਾਂ ਲਈ VOTING 12 ਨਵੰਬਰ ਨੂੰ ਹੋਵੇਗੀ ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਤਾਰੀਖ 25 ਅਕਤੂਬਰ ਹੋਵੇਗੀ ਪੰਜਾਬ ক্রিকেট ਐਸੋਸੀਏਸ਼ਨ ਪੀਸੀਏ ਵਿੱਚ ਸਿਆਸਤ ਦਾ ਕੰਟਰੋਲ ਜਾਂ ਕਬਜ਼ਾ ਇਸ ਗੱਲ ਦੀ ਚਰਚਾ ক্রিকেট ਦੇ ਖੇਤਰ ਵਿੱਚ ਆਮ ਦੇਖੀ ਪੜ੍ਹੀ ਤੇ ਸੁਣੀ ਜਾ ਸਕਦੀ ਹੈ ਵੈਸੇ ਕੰਟਰੋਲ ਤੇ ਕਬਜ਼ਾ ਲਗਭਗ ਇੱਕ ਸ਼ਬਦ ਲੱਗਦਾ ਹੈ ਪਰ ਜਦੋਂ ਇਸ ਦਾ ਨਿਰਪੱਖ ਅਰਥ ਕੱਢਿਆ ਜਾਵੇ ਤਾਂ ਇਸ ਦੇ ਵੱਖ-ਵੱਖ ਮਤਲਬ ਸਾਹਮਣੇ ਆ ਜਾਂਦੇ ਨੇ ਕੰਟਰੋਲ ਦਾ ਅਰਥ ਹੈ ਕਿ ক্রিকেট ਦੀਆਂ ਸਾਰੀਆਂ ਗਤੀਵਿਧੀਆਂ ਲੋਕਤੰਤਰੀ ਤਰੀਕੇ ਨਾਲ ਸਾਰੇ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਉਸ ਨੂੰ ਅਮਲੀ ਜਾਮਾ ਪਹਿਨਾ ਹੋਣਾ ਪਰ ਪੀਸੀਏ ਵਿੱਚ ਜੋ ਕੁਝ ਚੱਲ ਰਿਹਾ ਹੈ ਉਸ ਤੋਂ ਤਾਂ ਇਹ ਹੀ ਸੰਕੇਤ ਮਿਲਦਾ ਹੈ ਕਿ ਪੀਸੀਏ ਤੇ ਆਮ ਆਦਮੀ ਪਾਰਟੀ ਦਾ ਪੂਰਨ ਤੌਰ ਤੇ ਕਬਜ਼ਾ ਹੋ ਚੁੱਕਾ ਹੈ ਕਬਜ਼ੇ ਵਾਲੀ ਧਾਰਨਾ ਨੂੰ ਜ਼ੋਰ ਇਸ ਅਧਾਰ ਤੇ ਵੀ ਮਿਲਦਾ ਹੈ ਕਿਉਂਕਿ ਜਦੋਂ ਪੰਜਾਬ ਵਿੱਚ ਆਪ ਦੀ ਸਰਕਾਰ ਬਣੀ ਸੀ ਤਦ ਸਰਕਾਰੀ ਦਬਾਅ ਦੇ ਕਾਰਨ ਪੁਰਾਣੀ ਐਸੋਸੀਏਸ਼ਨ ਦੇ ਸਾਰੇ ਆਉਦੇਦਾਰਾਂ ਤੋਂ ਜ਼ਬਰਦਸਤੀ ਅਸਤੀਫੇ ਦਿਵਾਏ ਗਏ ਸਨ ਉਸ ਐਸੋਸੀਏਸ਼ਨ ਦਾ ਕਾਰਜਕਾਲ ਅਜੇ 4 ਤੋਂ 5 ਮਹੀਨੇ ਦਾ ਬਚਿਆ ਹੋਇਆ ਸੀ ਅਜੇ ਹੀ ਖੁਸ਼ਬੂ ਜ਼ਰੂਰ ਆਈ ਸੀ ਕਿ ਇਸ ਮਾਮਲੇ ਤੇ ਸਰਕਾਰੀ ਤੰਤਰ ਦਾ ਭਰਪੂਰ ਇਸਤੇਮਾਲ ਹੋਇਆ ਹੁਣ ਪੀਸੀਏ ਮੁਖੀ ਗੁਲਜ਼ਾਰ ਇੰਦਰ ਦਾ ਅਸਤੀਫਾ ਵੀ ਇਸੇ ਸਰਕਾਰੀ ਤੰਤਰ ਦੇ ਦਬਾਅ ਦਾ ਨਤੀਜਾ ਹੈ ਇਸ ਕੜੀ ਵਿੱਚ ਇੱਕ ਗੱਲ ਹੋਰ ਸਮਝਣੀ ਬੇਹੱਦ ਜ਼ਰੂਰੀ ਹੈ ਕਿ ਹਰਪਜਨ ਸਿੰਘ ਦਾ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਦਾ ਮੈਂਬਰ ਬਣਨ ਤੇ ਵੀ ਪੀਸੀਏ ਦਾ ਪ੍ਰਮੁੱਖ ਸਲਾਹਕਾਰ ਬਣਨਾ ਬਹੁਤ ਕੁਝ ਇਸ਼ਾਰਾ ਕਰਦਾ ਹੈ। ਵੈਸੇ ਪੀਸੀਏ ਵਿੱਚ ਮੁਖ ਸਲਾਹਕਾਰ ਨਾਂ ਦਾ ਕੋਈ ਸੰਵਿਧਾਨਿਕ ਅਹੁਦਾ ਹੈ ਹੀ ਨਹੀਂ। ਇਹ ਤਾਂ ਸਿਰਫ ਕਬਜ਼ਾ ਕਰਨ ਦਾ ਕੰਮ ਹੈ। ਹਰਪਜਨ ਸਿੰਘ ਜੇਕਰ cricket ਦੇ ਭਲੇ ਲਈ ਕੁਝ ਠੋਸ ਜਾਂ ਵਕ ਹੋ ਕੇ ਕਰਨ ਦੀ ਕੋਸ਼ਿਸ਼ ਕਰਦਾ ਹੈ। ਕ੍ਰਿਕਟ ਨਾਲ ਜੁੜੇ ਮੌਜੂਦਾ ਤੇ ਸੱਭਾ ਰਾਂਜੀ ਖਿਡਾਰੀ ਉਸ ਦਾ ਸਵਾਗਤ ਹੀ ਕਰਨਗੇ ਸਾਰਿਆਂ ਨੂੰ ਉਮੀਦ ਹੈ ਕਿ ਹਰਪ੍ਰਜਨ ਸਿੰਘ ਪੀਸੀਏ ਵਿੱਚ ਇੱਕ ਖਿਡਾਰੀ ਦੇ ਰੂਪ ਵਿੱਚ ਆਪਣਾ ਯੋਗਦਾਨ ਦਵੇ ਨਾ ਕਿ ਇੱਕ ਸਿਆਸੀ ਨੇਤਾ ਦੇ ਤੌਰ ਤੇ ਵੈਸੇ ਵੀ ਖੇਡਾਂ ਵਿੱਚ ਸਿਆਸੀ ਨੇਤਾਵਾਂ ਦੀ ਐਂਟਰੀ ਕੋਈ ਸੁਖਦਾਇਕ ਮਾਹੌਲ ਨਹੀਂ ਸਿਰਜਦੀ। ਇਹ ਸਨ ਅੱਜ ਦੀਆਂ ਮੁੱਖ-ਮੁੱਖ ਖਬਰਾਂ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ ਯੂਐਸਏ ਟੀਵੀ ਸਬਸਕ੍ਰਾਈਬ ਕਰੋ ਪੰਜਾਬ ਮੇਲ ਯੂਐਸਏ ਟੀਵੀ ਸੱਚ ਰਿਆਕਾਲ ਜੀ